ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਮੈਂ ਨਾ ਗੁਰਮੀਤ ਸਿੰਘ ਆ, ਮੈਂ ਲੁਧਿਆਣਾ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਚੰਗਾ ਕੀਤਾ, ਮੈਨੂੰ ਆਜ਼ਾਦ ਕੀਤਾ। ਮੇਰੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਸੀ, ਬਹੁਤ ਦੁੱਖ ਸੀਗੇ ਅਤੇ ਸੁਸਾਈਡਲ ਆਤਮਾ ਜਿਹੜੀ ਸੀ ਉਹ ਮੈਨੂੰ ਸੁਸਾਈਡ ਕਰਨ 'ਤੇ ਮਜਬੂਰ ਕਰਦੀ ਸੀ। ਅਤੇ ਮੈਂ ਘਰੋਂ ਜਦੋਂ ਔਫਿਸ ਨੂੰ ਜਾਂਦਾ ਸੀ ਤਾਂ ਮੈਂ ਇਹ ਸੋਚ ਕੇ ਜਾਂਦਾ ਸੀ ਕਿ ਮੈਂ ਅੱਜ ਘਰੇ ਵਾਪਸ ਨਹੀਂ ਆਵਾਂਗਾ। ਪਰ ਜਦੋਂ ਮੈਂ ਘਰੇ ਵਾਪਸ ਪਰਤਣ ਵੇਲੇ ਮੈਂ ਸੋਚਦਾ ਸੀ ਕਿ ਮੇਰੀ ਇੱਕ ਵਾਈਫ ਅਤੇ ਇੱਕ ਮੇਰਾ ਬੱਚਾ ਵੀ ਆ, ਮੈਂ ਉਹਨਾਂ ਵੱਲ ਵੀ ਦੇਖਦਾ ਸੀ ਅਤੇ ਇਹਨਾਂ ਨੂੰ ਬਾਅਦ 'ਚੋਂ ਕੌਣ ਦੇਖੂਗਾ। ਮੇਰੀ ਲਾਈਫ ਵਿੱਚ ਦਿਨ ਬ ਦਿਨ ਸੁਸਾਈਡਲ ਆਤਮਾ ਅਟੈਕ ਵੱਧਦੇ ਗਏ, ਫਾਈਨੈਂਸ਼ੀਅਲ ਪ੍ਰੋਬਲਮ ਕਾਫੀ ਵੱਧ ਗਈ ਅਤੇ ਦੁੱਖਾਂ ਬਿਮਾਰੀਆਂ 'ਚ ਮੈਂ ਘਿਰ ਗਿਆ ਅਤੇ ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਸੀ ਮੈਂ ਕੀ ਕਰਾਂ ਨਾ ਕੀ ਕਰਾਂ। ਘਰ ਤੋਂ ਔਫਿਸ ਜਾਂਦਾ ਸੀ ਤਾਂ ਰਸਤੇ ਵਿੱਚ ਜੋ ਵੀ ਮੈਨੂੰ ਦਰੱਖਤ ਮਿਲਦਾ ਸੀ ਮੈਂ ਇਹੀ ਸੋਚਦਾ ਸੀ ਕਿ ਰਾਤ ਨੂੰ ਆਉਂਦੇ ਸਮੇਂ ਇਸ ਦਰੱਖਤ ਦੇ ਥੱਲੇ ਆਪਣੇ ਆਪ ਨੂੰ ਫਾਂਸੀ ਲਗਾ ਕੇ ਆਪਣੇ ਆਪ ਨੂੰ ਖਤਮ ਕਰ ਦੇਵਾਂਗਾ, ਕਿਉਂਕਿ ਮੈਂ ਆਪਣੇ ਦੁੱਖਾਂ ਬਿਮਾਰੀਆਂ ਆਪਣੇ ਪ੍ਰੋਪਰਟੀ ਕੇਸਾਂ ਤੋਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ। ਮੇਰਾ ਫਾਈਨੈਂਸ ਪ੍ਰੋਬਲਮ ਬਹੁਤ ਦਿਖ ਚੁੱਕਿਆ ਸੀ, ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਸੀ, ਮੈਨੂੰ ਕੋਈ ਇਹ ਨਹੀਂ ਪਤਾ ਲੱਗ ਰਿਹਾ ਸੀ ਮੈਂ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ। ਮੈਂ ਇੱਕ ਮੇਰਾ ਬ੍ਰਦਰ ਮਿਲਿਆ, ਉਸਨੇ ਮੈਨੂੰ ਚਰਚ ਜਾਣ ਬਾਰੇ ਦੱਸਿਆ ਕਿ ਤੂੰ ਮੇਰੇ ਨਾਲ ਚਰਚ ਚੱਲ, ਤੂੰ ਪਹਿਲਾਂ ਵੀ ਇੰਨੀ ਜਗ੍ਹਾ 'ਤੇ ਗਿਆ, ਤੂੰ ਇੱਕ ਵਾਰ ਚਰਚ ਜਾ ਕੇ ਦੇਖ, ਤੈਨੂੰ ਉੱਥੋਂ ਛੁਟਕਾਰਾ ਮਿਲੂਗਾ। ਅਤੇ ਉੱਥੇ ਮੈਂ ਉਹਨੂੰ ਪੁੱਛਿਆ ਵੀ ਚਰਚ ਕਿੱਥੇ ਆਇਆ, ਉਹ ਕਹਿੰਦਾ ਵੀ ਚਰਚ 'ਚ ਤੈਨੂੰ ਮਲਕਪੁਰ ਆਉਣਾ ਪੈਣਾ। ਅਤੇ ਮੈਂ ਜਦੋਂ ਮਲਕਪੁਰ ਦਾ ਐਡਰੈਸ ਪੁੱਛਿਆ ਵੀ ਉੱਥੇ ਕਿਵੇਂ ਆਉਣਾ ਪੈਣਾ, ਤਾਂ ਉਸਨੇ ਮੈਨੂੰ ਐਡਰੈਸ ਦੱਸਿਆ ਵੀ ਤੂੰ ਇੰਨੇ ਟਾਈਮ 'ਤੇ ਪਹੁੰਚ ਜੀ, ਤਾਂ ਮੈਂ ਉੱਥੇ ਪਹੁੰਚਿਆ। ਅਤੇ ਉੱਥੇ ਜਦੋਂ ਮੈਂ ਪਹੁੰਚਿਆ ਤਾਂ ਚਰਚ ਦੇ ਵਿੱਚ ਜਾ ਕੇ ਦੇਖਿਆ, ਤਾਂ ਉੱਥੇ ਮੈਨੂੰ ਇੱਕ ਆਨੰਦ ਫੀਲ ਹੋਇਆ ਅਤੇ ਰਿਲੈਕਸਫੁਲੀ ਫੀਲ ਹੋਇਆ ਮੈਨੂੰ, ਅਤੇ ਮੈਨੂੰ ਚੰਗਾ ਲੱਗਿਆ ਕਾਫੀ। ਅਤੇ ਉੱਥੇ ਪਾਸਟਰ ਸੂਰਭਾਨ ਮਸੀਹ ਜੀ ਨੇ ਅਤੇ ਉਹ ਉਹਦੇ ਦਾਸ ਉਸ ਸਮੇਂ ਪਰਮੇਸ਼ੁਰ ਦੇ ਬਚਨਾਂ ਨੂੰ ਸੁਣਾ ਰਹੇ ਸੀ, ਤਾਂ ਮੈਨੂੰ ਚੰਗਾ ਲੱਗਿਆ। ਜਿਸ ਨੂੰ ਦੇਖ ਕੇ ਮੈਂ ਦੇਖਿਆ ਕਿ ਇੱਥੇ ਅਨੇਕਾਂ ਲੋਕ ਆਜ਼ਾਦ ਹੁੰਦੇ ਨੇ, ਆਪਣੀਆਂ ਦੁੱਖਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਂਦੇ ਨੇ, ਤਾਂ ਮੈਂ ਉਹਨਾਂ ਨੂੰ ਦੇਖ ਦੇਖ ਕੇ ਬਹੁਤ ਖੁਸ਼ ਹੋਇਆ, ਯਾਨੀ ਕਿ ਆਨੰਦਿਤ ਹੋਇਆ। ਅਤੇ ਮੈਨੂੰ ਲੱਗਿਆ ਵੀ ਜਿਸ ਤਰ੍ਹਾਂ ਇਹ ਆਜ਼ਾਦ ਹੋ ਸਕਦੇ ਨੇ, ਮੈਂ ਵੀ ਆਜ਼ਾਦ ਹੋ ਸਕਦਾ, ਮੈਂ ਵੀ ਆਪਣੀਆਂ ਦੁੱਖਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ। ਅਤੇ ਮੈਂ ਵਿਸ਼ਵਾਸ ਕੀਤਾ ਅਤੇ ਚਰਚ ਆਉਣ ਲੱਗਿਆ। ਇਸੇ ਤਰ੍ਹਾਂ ਮੇਰੇ ਜੀਵਨ ਦੇ ਵਿੱਚ 16 ਸਾਲ ਤੋਂ ਮੈਨੂੰ ਇੱਕ ਬਵਾਸੀਰ ਦੀ ਪ੍ਰੋਬਲਮ ਸੀ, ਜੋ ਕਾਫੀ ਸਮੇਂ ਤੋਂ ਮੈਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੈਂ ਘਰ ਵਿੱਚ ਕਦੇ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਸੀ ਕਿ ਮੈਂ ਕਿੰਨਾ ਪਰੇਸ਼ਾਨ ਹਾਂ ਕਿੰਨਾ ਨਹੀਂ। ਅਤੇ ਮੈਂ ਮੋਰਨਿੰਗ ਟਾਈਮ ਜਦੋਂ ਫਲੈਸ਼ ਜਾਂਦਾ ਸੀ ਤਾਂ ਮੈਂ ਡੇਢ ਘੰਟਾ ਜਾਂ ਅੱਧਾ ਅੱਧਾ ਘੰਟਾ ਪੌਣਾ ਘੰਟਾ ਮੈਂ ਫਲੈਸ਼ ਦੇ ਵਿੱਚ ਹੀ ਬੈਠਾ ਰਹਿੰਦਾ ਸੀ। ਘਰਦਿਆਂ ਨੂੰ ਇਹ ਹੁੰਦਾ ਸੀ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ, ਮੈਂ ਉਹਨੂੰ ਦੱਸ ਦਿੰਦੇ ਮੇਰੇ ਅੰਦਰੋਂ ਇੰਨੀ ਬਲੀਡਿੰਗ ਹੁੰਦੀ ਸੀ ਅਤੇ ਮੇਰੇ ਅੰਦਰੋਂ ਇੱਕ ਮਾਸ ਦਾ ਟੁਕੜਾ ਵੀ ਬਾਹਰ ਆਉਂਦਾ ਸੀ। ਅਤੇ ਦੁਪਹਿਰ ਦੇ 1:30 ਵਜੇ ਤੱਕ ਮੈਨੂੰ ਇੰਨੀ ਪੇਨ ਹੁੰਦੀ ਹੁੰਦੀ ਸੀ ਕਿ ਮੈਂ ਬੈਠ ਵੀ ਨਹੀਂ ਸਕਦਾ ਹੁੰਦਾ ਸੀ। ਅਤੇ ਦਵਾਈਆਂ ਵੀ ਕੋਈ ਅਸਰ ਨਹੀਂ ਕਰਦੀਆਂ ਸੀ, ਮੈਂ ਬਹੁਤ ਡਾਕਟਰਾਂ ਨੂੰ ਬਦਲਿਆ, ਬਹੁਤ ਜਗ੍ਹਾ 'ਤੇ ਹੋਮੋਪੈਥਿਕ ਦਵਾਈਆਂ ਲੈਤੀਆਂ, ਮੈਡੀਸਨ ਹੋਰ ਵੀ ਲੈਤੀਆਂ, ਹੋਸਪਿਟਲ ਬਦਲੇ। ਹੋਸਪਿਟਲ 'ਤੇ ਮੈਨੂੰ ਇਹ ਡਾਕਟਰਾਂ ਨੇ ਗਾਈਡ ਕੀਤਾ ਕਿ ਤੇਰਾ ਇਹ ਚੀਜ਼ ਦਾ ਆਪਰੇਸ਼ਨ ਹੋਊਗਾ, ਆਪਰੇਸ਼ਨ ਤੋਂ ਬਿਨਾਂ ਇਸ ਚੀਜ਼ ਦਾ ਕੋਈ ਹੱਲ ਨਹੀਂ। ਪਰ ਮੈਂ ਸੋਚਦਾ ਸੀ ਕਿ ਮੇਰੀ ਪਿੱਛੇ ਫੈਮਲੀ ਆ ਅਤੇ ਉਹਨੂੰ ਮੇਰੇ ਪਿੱਛੋਂ ਕੌਣ ਦੇਖੂਗਾ, ਜੇ ਮੈਂ ਛੁੱਟੀਆਂ ਕਰੂੰਗਾ ਤਾਂ ਪੇਮੈਂਟ ਦਾ ਸਰਕਲ ਕਿੱਧਰੋਂ। ਫਾਈਨੈਂਸ ਪ੍ਰੋਬਲਮ ਪਹਿਲਾਂ ਹੀ ਮੈਨੂੰ ਬਹੁਤ ਸੀਗੀ ਅਤੇ ਮੈਂ ਆਪਰੇਸ਼ਨ ਨਹੀਂ ਕਰਾਇਆ। ਪਰ ਮੈਂ ਚਰਚ ਆਉਣ ਲੱਗਿਆ, ਮੈਂ ਵਿਸ਼ਵਾਸ ਕੀਤਾ ਚਰਚ ਆਉਣ ਦੇ। ਜਦੋਂ ਮੈਂ 2-3 ਵੀਕ ਹੋਏ ਮੈਨੂੰ ਚਰਚ ਆਉਂਦੇ ਨੂੰ, ਤਾਂ ਪਾਸਟਰ ਸੂਰਭਾਨ ਮਸੀਹ ਨੇ ਮੇਰੇ 'ਤੇ ਲੇ ਹੈਂਡ ਕੀਤੀ, ਤਾਂ ਮੇਰੇ ਸਰੀਰ ਵਿੱਚੋਂ ਇੱਕ ਪਤਾ ਨਹੀਂ ਦੁਸ਼ਟ ਆਤਮਾ ਨਿਕਲ ਕੇ ਗਈ ਅਤੇ ਉਸ ਤੋਂ ਬਾਅਦ ਉਹ ਪੇਨ ਦਾ ਮੈਨੂੰ ਪਤਾ ਹੀ ਲੱਗਿਆ ਕਿੱਥੇ ਗਈ ਕਿੱਥੇ ਨਹੀਂ ਗਈ। ਅਤੇ ਉਹ 16 ਸਾਲ ਦੀ ਜਿਹੜੀ ਮੈਨੂੰ ਪ੍ਰੋਬਲਮ ਸੀ, ਜੋ ਬਵਾਸੀਰ ਦੀ ਪ੍ਰੋਬਲਮ ਸੀ, ਉਹ ਵੀ ਰੋਗ ਖਤਮ ਹੋਇਆ। ਹੁਣ ਮੈਂ ਆਜ਼ਾਦ ਹਾਂ, ਬਿਲਕੁਲ ਫਰੀ ਹਾਂ, ਮੈਂ ਬਲੈਸ ਹਾਂ, ਮੈਂ ਖੁਸ਼ ਹਾਂ। ਯਿਸੂ ਨਾਸਰੀ ਨੇ ਮੈਨੂੰ ਆਜ਼ਾਦ ਕੀਤਾ, ਚੰਗਾ ਕੀਤਾ, ਆਪਣੇ ਦਾਸ ਦੇ ਰਾਹੀਂ। ਮੈਂ ਯਿਸੂ ਨਾਸਰੀ ਜੀ ਦਾ ਅਤੇ ਪ੍ਰਭੂ ਦੇ ਦਾਸ ਪਾਸਟਰ ਸੂਰਭਾਨ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ। ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸਾਰੀ ਦੁਨੀਆ ਨੂੰ ਕਿ ਪ੍ਰਭੂ ਦੇ ਘਰ ਆਓ, ਚੰਗਿਆਈ ਪਾਓ। ਜਿਸ ਤਰ੍ਹਾਂ ਮੈਨੂੰ ਪ੍ਰਭੂ ਨੇ ਆਜ਼ਾਦ ਕੀਤਾ, ਮੈਨੂੰ ਦੁੱਖਾਂ ਬਿਮਾਰੀਆਂ ਛੁਟਕਾਰਾ ਦਵਾਇਆ, ਤੁਹਾਨੂੰ ਵੀ ਆਜ਼ਾਦ ਕਰਨਗੇ। ਤੁਸੀਂ ਵੀ ਜੀਵਨ ਦੇ ਚਰਚ ਦਾ ਹਿੱਸਾ ਬਣੋ। ਜਿਸ ਤਰ੍ਹਾਂ ਮੈਨੂੰ ਕਿਸੇ ਨੇ ਦੱਸਿਆ ਕਿ ਚਰਚ ਆ ਅਤੇ ਮੈਂ ਚਰਚ ਆਉਣਾ ਨਹੀਂ ਚਾਹੁੰਦਾ ਸੀ, ਵੈਸੇ ਮੈਨੂੰ ਪਤਾ ਨਹੀਂ ਸੀ ਵੀ ਚਰਚ ਵਿੱਚ ਇੰਨੀ ਚੰਗਿਆਈ ਮਿਲਦੀ ਆ, ਇੰਨਾ ਛੁਟਕਾਰਾ ਮਿਲਦਾ ਅਤੇ ਲੋਕ ਆਜ਼ਾਦ ਹੁੰਦੇ ਨੇ, ਛੁਟਕਾਰਾ ਪਾਉਂਦੇ ਨੇ। ਤੁਸੀਂ ਵੀ ਜੀਵਤ ਚਰਚ ਦਾ ਹਿੱਸਾ ਬਣੋ। ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਕਿ ਜੀਵਤ ਚਰਚ ਮਲਕਪੁਰ ਲੁਧਿਆਣਾ ਦੇ ਵਿੱਚ, ਮਲਕਪੁਰ ਬ੍ਰਾਂਚ ਆ ਹੰਬੜਾ ਰੋਡ ਦੇ ਉੱਤੇ। ਤੁਸੀਂ ਵੀ ਇਸ ਚਰਚ ਵਿੱਚ ਇੱਕ ਵਾਰ ਵਿਜਿਟ ਜ਼ਰੂਰ ਕਰੋ ਅਤੇ ਪ੍ਰਭੂ ਤੋਂ ਚੰਗਿਆਈ ਪ੍ਰਾਪਤ ਕਰੋ। ਹੁਣ ਮੈਂ ਬਲੈਸ ਹਾਂ, ਮੈਂ ਸਾਰਾ ਜੀਵਨ ਮੇਰੇ ਆਪਣੇ ਪ੍ਰਭੂ ਨੂੰ ਦੇ ਚੁੱਕਿਆ, ਮੇਰਾ ਪਰਿਵਾਰ ਸਾਰਾ ਜੀਵਨ ਆਪਣੇ ਪ੍ਰਭੂ ਨੂੰ ਦੇ ਚੁੱਕਿਆ।
ਅਸੀਂ ਬਲੈਸ ਹਾਂ, ਅਸੀਂ ਖੁਸ਼ ਹਾਂ, ਅਸੀਂ ਆਨੰਦਿਤ ਹਾਂ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ।